ਇਹ ਸ਼ੇਰ ਅਤੇ ਨਿੱਕੀ ਲਾਲ ਚਿੜੀ ਦੀ ਕਹਾਣੀ ਹੈ। ਇੱਕ ਸ਼ੇਰ ਦੀ ਕਠਪੁਤਲੀ ਬਣਾਉਣ ਲਈ ਇਸ ਦੇ ਚਿੱਤਰ ਨੂੰ ਇੱਕ ਗੱਤੇ ਦੀ ਸ਼ੀਟ ਤੇ ਕੱਟ ਲਓ ਅਤੇ ਨੀਚੇ ਇੱਕ ਝਾੜੂ ਦੇ ਤੀਲੇ ਨਾਲ ਜੋੜ ਦਵੋ। ਇਹ ਛੋਟਾ ਇੱਕ ਛੋਟੇ ਵੈਲਕਰੋ ਚੇਪੀ ਦਾ ਟੋਟਾ ਸ਼ੇਰ ਦੇ ਪਿੱਛੇ ਲਗਾਓ ਤਾਂ ਜੋ ਤੁਸੀਂ ਲੋੜ ਅਨੁਸਾਰ ਵੱਖ-ਵੱਖ ਰੰਗਾਂ ਦੀਆਂ ਪੂੰਛਾਂ ਸ਼ੇਰ ਦੇ ਨਾਲ ਲਗਾ ਸਕੋ। ਪਿਛੋਕੜ ਲਈ ਵੱਖ-ਵੱਖ ਨਜ਼ਾਰੇ ਬਣਾਓ ਤਾਂ ਜੋ ਕਹਾਣੀ ਵਿੱਚ ਮਦਦ ਕਰ ਸਕਣ। ਇੱਕ ਛੋਟੀ ਲਾਲ ਚਿੜੀ ਬਣਾਓ ਅਤੇ ਝਾੜੂ ਦੀ ਤੀਲੀ ਨਾਲ ਜੋੜੋ। ਇਸ ਤੋਂ ਬਾਅਦ ਕਹਾਣੀ ਲਈ ਇੱਕ ਮੰਚ, ਇੱਕ ਜੁੱਤੀਆਂ ਦੇ ਖਾਲੀ ਡੱਬੇ ਦੇ ਨਾਲ ਤਿਆਰ ਕਰੋ। ਇੱਕ ਦਰਖਤ, ਇੱਕ ਗੁਫਾ ਆਦਿ ਦੇ ਚਿੱਤਰ ਲਗਾਓ। ਡੱਬੇ ਦੀਆਂ ਸਾਈਡਾਂ 'ਤੇ ਕੱਟ ਲਗਾਓ ਤਾਂ ਜੋ ਲੋੜ ਅਨੁਸਾਰ ਸ਼ੇਰ ਅਤੇ ਚਿੜੀ ਦੀ ਕਹਾਣੀ ਵਿੱਚ ਆ ਜਾ ਸਕਣ। ਪਹਿਲਾਂ ਪਿਛੋਕੜ ਦਾ ਦ੍ਰਿਸ਼ ਦਿਖਾਓ ਅਤੇ ਸ਼ੇਰ ਅਤੇ ਚਿੜੀ ਦੀ ਕਹਾਣੀ ਸੁਣਾਓ। ਸੁਣਾਉਣ ਲਈ ਤਿਆਰ ਕਰੋ। ਇਹ ਕਹਾਣੀ ਐਲੀਸ਼ਾ ਕਲੇਵਿਨ ਦੁਆਰਾ ਲਿਖੀ ਗਈ ਹੈ। ਇੱਕ ਵਾਰ ਦੀ ਗੱਲ ਹੈ ਕਿ ਇੱਕ ਦੁਪਹਿਰ ਸਮੇਂ ਇੱਕ ਚਿੜੀ ਨੇ ਸ਼ੇਰ ਦੀ ਹਰੀ ਪੂੰਛ ਵੇਖੀ, ਜਿਵੇਂ ਹਰਾ ਜੰਗਲ ਹੋਵੇ। ਉਹ ਬੜੀ ਹੈਰਾਨ ਹੋਈ ਕਿ ਉਸਨੇ ਇਹ ਕਦੇ ਨਹੀਂ ਸੀ ਦੇਖਿਆ। ਉਸਨੇ ਸ਼ੇਰ ਨੂੰ ਪੁੱਛਿਆ ਕਿ ਸ਼ੇਰਾ ਸ਼ੇਰਾ, ਤੇਰੀ ਪੂੰਛ ਹਰੀ ਕਿਉਂ ਹੈ? ਸ਼ੇਰ ਨੇ ਉਸ ਦੀ ਭਾਸ਼ਾ ਸਮਝ ਨਾ ਆਈ ਅਤੇ ਉਹ ਮੁਸਕਰਾ ਪਿਆ ਅਤੇ ਉਹ ਇੱਕ ਖੇਤ ਵਿੱਚ ਚਲਾ ਗਿਆ ਜਿੱਥੇ ਸੰਤਰੀ ਫੁੱਲ ਲੱਗੇ ਸਨ। ਉਹ ਇੱਕ ਤਿੱਤਲੀ ਦੇ ਪਿੱਛੇ ਦੌੜਨ ਲੱਗ ਪਿਆ। ਜਿਵੇਂ ਹੀ ਦਿਨ ਖਤਮ ਹੋਇਆ ਤਾਂ ਸ਼ਾਮ ਨੂੰ ਸ਼ੇਰ ਆਪਣੀ ਗੁਫਾ ਵਿੱਚ ਵਾਪਸ ਗਿਆ। ਚਿੜੀ ਵੀ ਗੁਫਾ ਦੇ ਨਾਲ ਲੱਗਦੇ ਦਰਖਤ ਵਿੱਚ ਆਲਣੇ 'ਤੇ ਨਿੱਘੀ ਹੋ ਕੇ ਸੌ ਗਈ। ਅਗਲੀ ਸਵੇਰ ਜਦੋਂ ਸ਼ੇਰ ਗੁਫਾ ਵਿੱਚੋਂ ਬਾਹਰ ਨਿਕਲਿਆ ਤਾਂ ਆਪਣੀ ਪੂੰਛ ਹਿਲਾਈ ਤਾਂ ਉਸਦੀ ਪੂੰਛ ਹਰੀ ਨਹੀਂ ਸੀ, ਸੰਤਰੀ ਰੰਗ ਦੀ ਸੀ। ਜਿਵੇਂ ਖੇਤ ਵਿੱਚ ਸੰਤਰੀ ਤਿੱਤਲੀਆਂ ਸਨ ਅਤੇ ਡੁੱਬਦਾ ਹੋਇਆ ਸੂਰਜ। ਅਤੇ ਫਿਰ ਇੱਕ ਵਾਰ ਚਿੜੀ ਨੇ ਸ਼ੇਰ ਤੋਂ ਪੁੱਛਿਆ ਕਿ ਸ਼ੇਰਾ ਸ਼ੇਰਾ, ਤੇਰੀ ਪੂੰਛ ਸੰਤਰੀ ਕਿਵੇਂ ਹੋ ਗਈ? ਸ਼ੇਰ ਨੂੰ ਫਿਰ ਉਸਦੀ ਭਾਸ਼ਾ ਸਮਝ ਨਾ ਆਈ ਅਤੇ ਉਹ ਪਹਾੜ ਵੱਲ ਚਲਾ ਗਿਆ। ਪਹਾੜ ਵੱਲ ਗਿਆ ਤਾਂ ਉੱਥੇ ਇੱਕ ਨਦੀ 'ਤੇ ਪਹੁੰਚਿਆ ਜਿੱਥੇ ਜਗਮਗਾਉਂਦਾ ਨੀਲਾ ਅਸਮਾਨ ਅਤੇ ਨਾਲ ਪਾਣੀ ਦੀਆਂ ਲਹਿਰਾਂ। ਜਿਵੇਂ ਹੀ ਦਿਨ ਖਤਮ ਹੋਇਆ, ਦਿਨ ਡੁੱਬਿਆ, ਉਹ ਆਪਣੀ ਗੁਫਾ ਵਿੱਚ ਚਲਾ ਗਿਆ। ਫਿਰ ਉਹ ਅਗਲੀ ਸਵੇਰ ਸ਼ੇਰ ਦੀ ਪੂੰਛ ਸੰਤਰੀ ਨਾ ਹੋ ਕੇ ਚਮਕਦੇ ਅਸਮਾਨੀ ਰੰਗ ਦੇ ਪਾਣੀ ਵਰਗੀ ਨੀਲੀ ਸੀ। ਫਿਰ ਚਿੜੀ ਨੇ ਸ਼ੇਰ ਨੂੰ ਪੁੱਛਿਆ, ਸ਼ੇਰਾ ਸ਼ੇਰਾ, ਤੇਰੀ ਪੂੰਛ ਸੰਤਰੀ ਤੋਂ ਨੀਲੀ ਕਿਵੇਂ ਹੋ ਗਈ? ਸ਼ੇਰ ਫਿਰ ਉਸ 'ਤੇ ਮੁਸਕਰਾਇਆ ਅਤੇ ਲਾਲ ਬੈਰੀਜ਼ ਦੇ ਬਾਗ ਵਿੱਚ ਚਲਾ ਗਿਆ। ਅਤੇ ਸ਼ੇਰ ਨੇ ਬੈਰੀਜ਼ ਨੂੰ ਉਠਾਇਆ ਅਤੇ ਉਸ 'ਤੇ ਇੱਕ ਕੰਡਾ ਚੁੱਭ ਗਿਆ। ਉਸਨੂੰ ਬਹੁਤ ਦਰਦ ਹੋਈ। ਉਸ ਨਿੱਕੀ ਜਿਹੀ ਚਿੜੀ ਨੇ ਉਸਦਾ ਕੰਡਾ ਕੱਢ ਦਿੱਤਾ ਅਤੇ ਉਹ ਆਪਣੀ ਗੁਫਾ ਵਿੱਚ ਚਲਾ ਗਿਆ। ਚਿੜੀ ਸੋਚਣ ਲੱਗੀ ਕਿ ਸ਼ੇਰ ਦੀ ਪੂੰਛ ਕਿਸ ਰੰਗ ਦੀ ਹੋਵੇਗੀ। ਰਾਤ ਨੂੰ ਹਨੇਰੀ ਆਈ, ਬਿਜਲੀ ਗਰਜੀ ਅਤੇ ਬਰਸਾਤ ਹੋਈ। ਇਸ ਨਾਲ ਚਿੜੀ ਦਾ ਘੌਂਸਲਾ, ਚਿੜੀ ਦਾ ਆਲਣਾ ਉੱਜੜ ਗਿਆ। ਸ਼ੇਰ ਚਿੜੀ ਨੂੰ ਆਪਣੀ ਗੁਫਾ ਵਿੱਚ ਲੈ ਗਿਆ। ਗੁਫਾ ਨਿੱਘੀ ਸੀ ਅਤੇ ਉਸ ਦੀਆਂ ਦੀਵਾਰਾਂ 'ਤੇ ਕਈ ਤਸਵੀਰਾਂ ਬਣੀਆਂ ਹੋਈਆਂ ਸਨ। ਚਿੜੀ ਨੇ ਸ਼ੇਰ ਤੋਂ ਪੁੱਛਿਆ ਕਿ ਸ਼ੇਰਾ ਸ਼ੇਰਾ, ਚਿੜੀ ਕਿ ਤੂੰ ਇਹ ਕਿਵੇਂ ਬਣਾਉਂਦਾ ਹੈ? ਸ਼ੇਰ ਚਿੜੀ ਵੱਲ ਵੇਖ ਕੇ ਮੁਸਕਰਾਇਆ ਅਤੇ ਆਪਣੀ ਪੂੰਛ ਨਾਲ ਚਿੜੀ ਨੂੰ ਲਾਲ ਰੰਗ ਦੀ ਕਰ ਦਿੱਤਾ। ਉਹ ਬਹੁਤ ਖੁਸ਼ ਹੋਈ ਅਤੇ ਖੁਸ਼ੀ ਭਰ ਕੇ ਗੀਤ ਗਾਉਣ ਲੱਗੀ।
ਹੁਣ ਜਦ ਸ਼ੇਰ ਗੁਫਾ ਵਿੱਚੋਂ ਬਾਹਰ ਆਇਆ ਤਾਂ ਉਸ ਦੀ ਪੂੰਛ ਲਾਲ ਰੰਗ ਦੀ ਸੀ ਪਰ ਹੁਣ ਚਿੜੀ ਨੂੰ ਇਹ ਪਤਾ ਸੀ ਕਿ ਸ਼ੇਰ ਦੀ ਪੂੰਛ ਲਾਲ ਰੰਗ ਦੀ ਕਿਉਂ ਸੀ।